ਆ ਬਹਿ ਗਿਆ ਤੁਸੀਂ ਤਾਰੋ ਮੈਂ ਕਹਿਣਾ ਪਰ ਬੈਠੇ ਨਹੀਂ ਜਾਣਾ ਮੈਥੋਂ ਤੇ ਅਸੀਂ ਬਾਈ ਨਾਲ ਜਾ ਰਹੇ ਸੀਗੇ ਤੇ ਸਾਡੀ ਅੱਧੀ ਟੀਮ ਪੂਰੀ ਟੀਮ ਅਸੀਂ ਦੋ ਬੰਦੇ ਬਾਈ ਨਾਲ ਜਾ ਰਹੇ ਸੀਗੇ ਆ ਆਪਣਾ ਬਾਈ ਹੈਗਾ ਬਾਈ ਦੋ ਬਣਾਏ ਨੇ ਇਹ ਮੋਬਾਈਲ ਵਾਲੀਆਂ ਗਲੀਆਂ ਇੱਥੇ ਸਾਰੇ ਮੋਬਾਈਲ ਵਾਲੇ ਕੰਮ ਹੁੰਦੇ ਆ ਹਾਂਜੀ ਗੁਰਦੁਆਰਾ ਸਾਹਿਬ ਆਪਣਾ ਲੋਕੇਸ਼ਨ ਤੇ ਪਹੁੰਚ ਗਏ ਅਗਰਸੈਨ ਭਵਨ ਤੇ ਅੰਦਰ ਜਾ ਕੇ ਦੇਖਦੇ ਆਂਗੇ ਕਿੱਦਾਂ ਦੀ ਹੈਗੀ ਕਿੱਦਾਂ ਦਾ ਸੀ ਤੇ ਇਹ ਬਾਈ ਨਾਲ ਆਪਾਂ ਆਏ ਆਂਗੇ ਸੋਨੇ ਦੇਖਿਆ ਹੀ ਆ ਸ਼ਿਕਾਲ ਜੀ ਇੱਕ ਵਾਰੀ ਫੇਰ ਤੋਂ ਵੈਸੇ ਅਸੀਂ ਜਿੱਥੇ ਸਾਡਾ ਆਪਣਾ ਫੰਕਸ਼ਨ ਆ ਸ਼ਾਮ ਦਾ ਅਸੀਂ ਉੱਥੇ ਪਹੁੰਚ ਗਏ ਅਤੇ ਇੱਥੇ ਦੀਆਂ ਤਿਆਰੀਆਂ ਵਿਆਰੀਆਂ ਚੱਲ ਰਹੀਆਂ ਨੇਗੀਆਂ ਕਿਉਂਕਿ ਫੰਕਸ਼ਨ ਰਾਤ ਦਾ ਹੈਗਾ ਅਤੇ ਹੁਣ ਸਾਡੇ ਜਿਹੜਾ ਰੂਮ ਹੈਗਾ ਉਹ ਸਾਨੂੰ ਹਾਲੇ ਪਤਾ ਨਹੀਂ ਹੈਗਾ ਬੰਦਾ ਜਿਹੜਾ ਜਿਹਦੇ ਨਾਲ ਅਸੀਂ ਆਏ ਸੀਗੇ ਉਹ ਕਹਿੰਦਾ ਮਾਤਰ ਕਹਿੰਦਾ ਬਸ ਦੋ ਕੁ ਮਿੰਟ ਬੈਠੋ ਹਿੰਦੀ 'ਚ ਬੋਲਿਆ ਸੀਗਾ ਬੜਾ ਘੈਂਟ ਲੱਗਿਆ ਅਤੇ ਵਧੀਆ ਘੈਂਟ ਲੱਗਿਆ ਬੰਦਾ ਥੋੜ੍ਹਾ ਜਿਹਾ ਕਿਉਂਕਿ ਉੱਥੇ ਸਾਡੇ ਨਾਲ ਗੱਲਾਂ ਕਰਦਾ ਆ ਵਧੀਆ ਨਾਈਸ ਜਿਹਾ ਬੰਦਾ ਸੀਗਾ ਬਾਕੀ ਦੋ ਮਿੰਟ 'ਚ ਤਾਂ ਬੰਦੇ ਦਾ ਕਿੱਥੋਂ ਪਤਾ ਲੱਗ ਜਾਂਦਾ ਹੈਗਾ ਬਾਕੀ ਨਾਲ ਰਹਾਂਗੇ ਉਦੋਂ ਪਤਾ ਲੱਗੂਗਾ ਬੰਦਾ ਕਿੱਦਾਂ ਦਾ ਹੈਗਾ ਅਤੇ ਉਹਦੇ ਤਿਆਰੀਆਂ ਵਿਆਰੀਆਂ ਚੱਲ ਰਹੀਆਂ ਨੇ ਅਤੇ ਆਪਣਾ ਭਰਾ ਆਪਣੇ ਨਾਲ ਆਗਾ ਅਤੇ ਵੈਸੇ ਆਪਾਂ ਮੇਰੇ ਨੇ ਯਾਰ ਤੇਰਾ ਨਾਂ ਨਹੀਂ ਪੁੱਛਿਆ ਹੈਗਾ ਨਾਮ ਕੀ ਹੈ ਤੇਰਾ ਸ਼ੁਭਮ ਹੈ ਵੀਰੇ ਸ਼ੁਭਮ ਇਹ ਬਾਈ ਆਪਣਾ ਪਟਿਆਲੇ ਤੋਂ ਹੀ ਆਪਣੇ ਨਾਲ ਅਤੇ ਉਹ ਬਾਈ ਨੇ ਤਾਂ ਆਪਣੀ ਚਲੇ ਗਏ ਅਤੇ ਇੱਧਰ ਆ ਤਿਆਰੀਆਂ ਹੋ ਰਹੀਆਂ ਨੇਗੀਆਂ ਹੋਰ ਸੁਣਾਓ ਤੁਸੀਂ ਨਵੀਂ ਤਾਜ਼ੀ ਫੋਟੋਗ੍ਰਾਫੀ ਦਾ ਕੰਮ ਆ ਵੀਰੇ ਬੰਦੇ ਦਾ ਜੇ ਕਿਸੇ ਨੇ ਕੰਮ ਹੋਵੇ ਬਾਈ ਤੱਕ ਤਾਂ ਕੁਛ ਕੰਟੈਂਟ ਕਰ ਸਕਦੇ ਹੋਗੇ ਠੀਕ ਆ ਨੰਬਰ ਦੱਸ ਦਿਓ ਚਲੋ ਆਪਣਾ ਥੋੜਾ ਜ਼ੋਰ ਕੇ ਬੋਲੋ ਕਈ ਇੱਧਰ ਖੜਕਾ ਹੋ ਰਿਹਾ ਨਾ ਕਈ ਵਾਰੀ ਆਵਾਜ਼ ਨਹੀਂ ਹਾਂ ਹਾਂ 6280 ਨੰਬਰ ਭੁੱਲ ਗਿਆ ਮੇਰਾ ਦੇਖੀ ਕੈਮਰੇ ਤੇ ਗਿਆ ਕਿ ਹੋ ਗਿਆ ਹੋ ਜਾਂਦਾ ਬੰਦੇ ਨੂੰ ਕੋਈ ਗੱਲ ਨਹੀਂ ਤੁਸੀਂ ਮੇਰੇ ਨੰਬਰ ਦੇ ਉੱਤੇ ਕੰਟੈਂਟ ਕਰ ਲਓ ਆਪਾਂ ਬਾਈ ਨਾਲ ਕਰਵਾ ਦਾਂਗੇ ਯਾਰ ਵੀਰੇ ਠੀਕ ਆ ਤੇ ਬੰਦਾ ਯਾਰ ਬੰਦਾ ਮੇਰੇ ਵਰਗਾ ਹੀ ਆ ਘੈਂਟ ਦਾ ਇਸ ਬੰਦਾ ਹੈਗਾ ਮੈਂ ਨਾ ਉੱਥੋਂ ਪਟਿਆਲੇ ਤੋਂ ਆ ਰਿਹਾ ਨਾ ਅਸੀਂ ਗੱਲਾਂ ਕਰਦੇ ਆ ਰਹੇ ਹਾਂ ਕਿ ਘੈਂਟ ਬੰਦਾ ਹੈਗਾ ਆਪਣਾ ਚੈਨਲ ਵੀ ਸਬਸਕ੍ਰਾਈਬ ਕਰਦਾ ਬਾਈ ਨੇ ਬੜਾ ਘੈਂਟ ਬੰਦਾ ਹੈਗਾ ਅਤੇ ਬਾਕੀ ਬਲੌਗ ਵੀ ਸ਼ੇਅਰ ਕਰ ਦਿਓ ਠੀਕ ਆ ਵੀਰੇ ਅਤੇ ਬਾਕੀ ਬੰਦਿਆਂ ਨੂੰ ਆ ਜਾਣਦੇ ਬਾਕੀ ਫਿਰ ਬਣਾਉਣ ਲਾਂਗੇ ਨਹੀਂ ਤਾਂ ਤੁਹਾਨੂੰ ਪਤਾ ਬਕਵਾਸ ਤਾਂ ਆਪਾਂ ਕਰੀ ਹੋ ਜਾਂਦੇ ਹੁੰਦੇ ਹੈਗੇ ਜਿਹੜੇ ਆਪਣੇ ਬੰਦੇ ਵਿਛੜ ਗਏ ਸੀਗੇ ਉਹ ਸਾਰੇ ਜਣੇ ਆ ਗਏ ਅਤੇ ਸਾਡਾ ਜਿਹੜਾ ਕੈਮਰਾ ਵੀਰੇ ਆਹ ਹੈਗਾ ਮੈਂ ਤੁਹਾਨੂੰ ਦਿਖਾਉਣਾ ਹੈਗਾ ਆਪਣੇ ਬੰਦੇ ਸਾਰੇ ਖੜ੍ਹੇ ਨੇ ਉਰੇ ਹਾਂਜੀ ਵੀਰੇ ਇਹੀ ਉਰੇ ਇਹ ਸਾਰਾ ਕਮਰਾ ਇਕੱਲੇ ਇਕੱਲੇ ਬੰਦੇ ਵਾਸਤੇ ਇਕੱਲਾ ਇਕੱਲਾ ਬੈੱਡ ਲਾਇਆ ਪਿਆ ਦੇਖੋ ਠੀਕ ਆ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਆਹ ਦੇਖੋ ਇੱਧਰ ਲਾ ਰੱਖੇ ਤਿੰਨ ਇਹ ਤਿਜੋਰੀ ਆ ਕਿ ਜਿਹਦੀ ਆਪਦੀ ਕੋਈ ਪਰਸਨਲੀ ਚੀਜ਼ ਹੋਏਗੀ ਉਹ ਤੁਸੀਂ ਇੱਥੇ ਰੱਖ ਸਕਦੇ ਹੋਗੇ ਤੇ ਬਾਈ ਮੈਨੂੰ ਕੱਲ ਆਹ ਬਾਈ ਨਾ ਮੈਨੂੰ ਇਕੱਲੀ ਇਕੱਲੀ ਚੀਜ਼ ਕਹਿ ਰਿਹਾ ਕੈਪਚਰ ਕਰ ਆਹ ਚੀਜ਼ ਕੈਪਚਰ ਕਰ ਬੰਦਾ ਪ੍ਰੋਫੈਸ਼ਨਲੀ ਵੀਡੀਓਗ੍ਰਾਫਰ ਇਹਨੂੰ ਕਹਿੰਦੇ ਨੇ ਵੀਰੇ ਦੇਖ ਲਾ ਉੱਥੇ ਵੀਰੇ ਹਲੋ ਵੀਰੇ ਆਹ ਕੁਛ ਲਿਖ ਰਿਹਾ ਵੀਰੇ ਤੁਸੀਂ ਪੜ੍ਹ ਸਕਦੇ ਹੋ ਵੀਡੀਓ ਰੋਕ ਕੇ ਇੱਕ ਦੋ ਮਿੰਟ ਦੀ ਠੀਕ ਆ ਤੇ ਵੀਰੇ ਟਾਈਮ ਘੜੀ ਤੇ 1 ਵੱਜ ਗਿਆ
ਠੀਕ ਆ ਤੇ ਇੱਧਰ ਵੀ ਆ ਬੋਰਡ ਲੱਗ ਰਹੇ ਨੇਗੇ ਤੇ ਵੈਸੇ ਮੈਂ ਬਾਜਣ ਕਿਉਂ ਚੱਕ ਰੱਖਿਆ ਮੈਂ ਇਹਨੂੰ ਰੱਖਦਾ ਕਿਉਂਕਿ ਸਾਰਿਆਂ ਨੇ ਰੱਖਤਾ ਵੀਡੀਓ ਦੇ ਚੱਕਰ 'ਚ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਤੇ ਆਪਣਾ ਭਰਾ ਸੋਨੂੰ ਭਾਜੀ ਇੱਧਰੋਂ ਨਾ ਥੋੜ੍ਹੀ ਸ਼ਕਲ ਥੋੜ੍ਹੀ ਜਿਹੀ ਕਾਲੀ ਆ ਰਹੀ ਹੈਗੀ ਕਿਉਂਕਿ ਪਿੱਛੇ ਸੂਰਜ ਦੀ ਰੋਸ਼ਨੀ ਪੈ ਰਹੀ ਹੈਗੀ ਠੀਕ ਆ ਵੈਸੇ ਮੁੰਡਾ ਹੈ ਸੋਹਣਾ ਹੈਗਾ ਹੁਣ ਦੇਖ ਹਾਂ ਵਿਆਹ ਹੋ ਗਿਆ ਨਾ ਭਾਜੀ ਅਨਮੈਰਿਡ ਅਨਮੈਰਿਡ ਹਾਂ ਬਹੁਤ ਬੜਾ ਖੁਸ਼ ਹੋ ਕੇ ਕਹਿ ਰਿਹਾ ਅਨਮੈਰਿਡ ਹੈਗਾ ਮੰਗਣੀ ਮੁੰਗਣੀ ਹੋਈ ਆਪਣੀ ਬਸ ਕੋਈ ਗੱਲ ਨਹੀਂ ਜੇ ਕੋਈ ਕੁੜੀ ਬਾਈ ਦੇਖ ਰਹੀ ਹੈਗੀ ਤਾਂ ਜੇ ਪਸੰਦ ਪਸੰਦ ਹੋਇਆ ਤਾਂ ਕੰਟੈਂਟ ਕਰ ਸਕਦੀ ਹੈਗੀ ਠੀਕ ਆ ਕਿਤੇ ਫਿਰ ਕੌਣ ਦੱਸਿਆ ਨਹੀਂ ਹੈਗਾ ਇੰਨਾ ਸੋਹਣਾ ਮੁੰਡਾ ਹੈਗਾ ਦੇਖੋ ਤੇ ਆ ਜਾ ਚੱਲ ਸਾਰੇ ਜਾਣੇ ਬਾਹਰ ਵੱਗ ਗਏ ਆਪਾਂ ਵੀ ਚੱਲੀਏ ਬਾਹਰ ਜ਼ਿਆਦੇ ਹੁਣ ਜ਼ਿਆਦੇ ਹੁਣ ਕੀ ਵੈਸੇ ਇੱਧਰ ਵੀਡੀਓ ਅੱਗੇ ਮੇਰੇ ਸ਼ੀਸ਼ਾ ਮੈਨੂੰ ਪੂਰੀ ਪਤਾ ਲੱਗ ਰਹੀ ਹੈਗੀ ਵੀ ਵੀਡੀਓ ਬਣ ਰਹੀ ਹੈ ਕਿਵੇਂ ਬਣ ਰਹੀ ਹੈ ਠੀਕ ਬਣ ਰਹੀ ਹੈ ਸਹੀ ਬਣ ਰਹੀ ਹੈ ਅਤੇ ਬਾਕੀ ਵਲੌਗ ਨੂੰ ਯਾਰ ਪਿਆਰ ਦਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੋ ਚੀਜ਼ ਤੁਹਾਨੂੰ ਪਸੰਦ ਆਉਂਦੀ ਆ ਉਹ ਚੀਜ਼ ਕਮੈਂਟ 'ਚ ਦੱਸਿਆ ਕਰੋ ਜੋ ਚੀਜ਼ ਨਹੀਂ ਪਸੰਦ ਆਉਂਦੀ ਤੁਹਾਨੂੰ ਉਹ ਚੀਜ਼ ਵੀ ਮੈਨੂੰ ਦੱਸਿਆ ਕਰੋ ਵੀ ਇਹ ਚੀਜ਼ ਯਾਰ ਵਧੀਆ ਨਹੀਂ ਲੱਗੀ ਹੈਗੀ ਤਾਂ ਹੀ ਮੈਨੂੰ ਪਤਾ ਲੱਗੇਗਾ ਨਾ ਵੀ ਤੁਸੀਂ ਕੀ ਚੀਜ਼ ਭਾਲਦੇ ਹੋ ਕੀ ਨਹੀਂ ਭਾਲਦੇ ਹੈਗੇ ਅਤੇ ਬਾਕੀ ਸ਼ੇਅਰ ਵਗੈਰਾ ਕਰ ਦਿਆ ਕਰੋ ਯਾਰ ਵੀਡੀਓ ਨੂੰ ਠੀਕ ਆ ਵਲੌਗ ਨੂੰ ਆਪਣੇ ਨੂੰ ਅਤੇ ਬਾਕੀ ਆਪਾਂ ਹੋਰ ਨਵੀਂ ਚੀਜ਼ ਦਿਖਾਉਂਦੇ ਉਹਦੀ ਤੇ ਇਹ ਆਪਣਾ ਫੰਕਸ਼ਨ ਹੈ ਜੀ ਜਿਹੜਾ ਅਗਰ ਸੈਨ ਭਵਨ 'ਚ ਆਪਾਂ ਸਵੇਰੇ ਆਏ ਸੀਗੇ ਪੂਰਾ ਹੁਣ ਉਰੇ ਰੈਡੀ ਹੈਗਾ ਤਿਆਰ ਹੋ ਗਏ ਤੇ ਆ ਬਾਈ ਇੱਧਰ ਬੈਠਿਆ ਮੈਨੂੰ ਕਹਿੰਦਾ ਨਹਾਇਆ ਕਿ ਕੀ ਕਰਿਆ ਉਹ ਮੈਂ ਕਿਹਾ ਤੂੰ ਐਂ ਬੈਠ ਮੈਂ ਤੈਨੂੰ ਜੋ ਲੱਗਦਾ ਵੀਰੇ ਉਹੀ ਕਰਿਆ ਆਪਾਂ ਨੇ ਕਹਿੰਦਾ ਠੀਕ ਆ ਵੀਰੇ ਤੇ ਆ ਆਪਣੇ ਵੱਡੇ ਵੀਰ ਜੀ ਤਿਆਰ ਵੀ ਹੋ ਗਏ ਸਾਰੇ ਹਾਂ ਓਏ ਹੋ ਗਿਆ ਰੈਡੀ ਠੀਕ ਆ ਹੁਣ ਆਪਣਾ ਕੀ ਕੰਮ ਰਾਤ ਪਾਣੀ ਦਿੱਤਾ ਅਬਰ ਜੀ ਆਹ ਬੰਦੇ ਨਾ ਪਾਰਟੀ ਦੇ ਨਾਲ ਜਾ ਰਹੇ ਨੇ ਗੇ ਤੇ ਆਪਣਾ ਆਪ ਆਏ ਜੀ ਤੇ ਅਸੀਂ ਇਹ ਸਾਡੇ ਨਾਲ ਨੇ ਅੱਛਾ ਅੱਛਾ ਇਹ ਰੋਂਗ ਨੰਬਰ ਲੱਗ ਗਿਆ ਬਾਈ ਜੀ ਜਾ ਰਹੇ ਨੇ ਤੇ ਆਹ ਸਾਡੀ ਟੀਮ ਵੀਰੇ ਪੂਰੀ ਅਸੀਂ ਜਾਵਾਂਗੇ ਟ੍ਰੇਨ ਦੇ ਵਿੱਚ ਜਿਵੇਂ ਆਏ ਸੀਗੇ ਮਸਤੀ ਮਾਰਦੇ ਉਵੇਂ ਮਸਤੀ ਮਾਰਦੇ ਜਾਵਾਂਗੇ ਤੇ ਬਾਈ ਨੇ ਆਪਣਾ ਗਿੰਬਲ ਪੈਕ ਕਰ ਲਿਆ ਆਪਣੇ ਭਾਜੀ ਬਿੱਲਾ ਭਾਜੀ ਬਿੱਲਿਆ ਕੰਮ ਔਖਾ ਹੀ ਆ ਕੰਮ ਕਰਨਾ ਪੈਣਾ ਪਰ ਇਹ ਆਪਣੇ ਭਰਾ ਜੀ ਘੱਟ ਬੋਲਦੇ ਨੇ ਜਿਹੜੇ ਥੋੜੇ ਜਿਹੇ ਬਿੱਲੇ ਦਾ ਮਨ ਨਹੀਂ ਕਰਿਆ ਉਹਨੇ ਨਾਲ ਜਾਣ ਨੂੰ ਗੱਡੀ ਦੇ ਬਿੱਲੇ ਨੂੰ ਕਿਹਾ ਸੀਗਾ ਵੀ ਚੱਲ ਸਾਡੇ ਨਾਲ ਬਿੱਲਾ ਕਹਿੰਦਾ ਮੈਂ ਨਹੀਂ ਜਾਂਦਾ ਹੈਗਾ ਕੰਮ ਕਰਨਾ ਬੂ ਓਏ ਦੋ ਮਤਲਬ ਨਹੀਂ ਕੱਢਣੇ ਓਏ ਦੋ ਮਤਲਬ ਨਹੀਂ ਕੱਢਣੇ ਹੈਗੇ ਗੱਲ ਦੇ ਠੀਕ ਆ ਚਲ ਬਸ ਮੈਨੂੰ ਬਣਾ ਲਓ ਤੋ ਯਾਰ ਤੇ ਹਾਂਜੀ ਵੀਰੇ ਹੁਣ ਅਸੀਂ ਚੱਲੇ ਸੀਗੇ ਯਾਰ ਬੋਲਣਾ ਯਾਰ ਤੂੰ ਬਣਾ ਲਾ ਯਾਰ ਲੈ ਫੜੇ ਦੇ ਭੈਣੀ ਵਾਲਾ
ਹੈਲੋ ਬਾਬਾ ਜੀ। ਹਾਂ ਹਾਂ ਸਹੀ ਗੱਲ ਆ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ, ਮਿਲਿਓ ਜੀ। ਅਤੇ ਬਾਬਾ ਜੀ ਨੇ ਉਰੇ ਗੁਰਦੁਆਰੇ 'ਚ ਲੱਗੇ ਹੋਏ ਅਤੇ ਅਸੀਂ ਹੁਣ ਉਰੇ ਚਾਦਰਾਂ ਚੁਦਰਾਂ ਇਕੱਠੀਆਂ ਕਰ ਲਈਆਂ, ਬਾਬਾ ਜੀ ਦੇਖਣ ਆਏ ਨੇ ਗੇ। ਬਾਬਾ ਜੀ ਇਹ ਕਿਹੜੇ ਗੁਰਦੁਆਰਾ ਜੀ? ਇਹ ਸਿੰਘ ਸਭਾ ਜੀ, ਸਿੰਘ ਸਭਾ ਦਾ ਗੁਰਦੁਆਰਾ ਜੀ ਇਹ। ਅਸੀਂ ਆਪਾਂ ਸੂਰਤਗੜ੍ਹ ਆਏ ਹੋਏ ਨੇ, ਹੈਨਾ ਉਸਤਾਦ ਜੀ? ਉਸਤਾਦ ਜੀ ਉਹ ਨਹੀਂ ਬੋਲਦੇ ਹੈਗੇ, ਤੁਸੀਂ ਬੋਲੋ ਯਾਰ। ਸੂਰਤਗੜ੍ਹ ਆ ਨਾ, ਅਤੇ ਅਸੀਂ ਸੂਰਤਗੜ੍ਹ ਦੇ ਆਏ ਹੋਏ ਸੀਗੇ ਅਤੇ ਬਾਬਾ ਜੀ ਨੇ ਉਰੇ। ਚਲੋ ਠੀਕ ਆ ਬਾਬਾ ਜੀ, ਹੋਰ ਸੁਣਾਓ ਨਵੀਂ ਤਾਜ਼ੀ? ਵਧੀਆ, ਠੀਕ ਆ ਬਾਬਾ ਜੀ, ਧੰਨਵਾਦ ਜੀ ਤੁਹਾਡਾ। ਸਾਨੂੰ ਚਾਦਰਾਂ ਦਿੱਤੀਆਂ ਸੋਨੇ, ਅਤੇ ਚਲੋ ਓਏ ਚੱਲ ਫਿਰ ਬਣਾਈਏ ਤੇਰਾ ਵਲੋਗ ਜਾਂਦੇ ਦਾ। ਅੱਕੀ ਚੱਕ ਕੇ ਪਾ ਲਿਆ ਤੈਨੂੰ ਬੈਗ 'ਚ? ਆ ਬੰਦੇ ਨੇ ਪਤਾ ਨਹੀਂ ਕੀ ਪਾ ਲਿਆ ਵੀ ਬੈਗ 'ਚ, ਚੱਕ ਕੇ ਉਹਦੇ ਉਹਦੇ ਮੱਛਰ ਕਿੰਨੇ ਕੁ ਲੜੇ? ਹਾਂ ਮੱਛਰ ਭੁੱਲ ਗਿਆ ਸੀ ਯਾਰ ਮੈਂ, ਬਾਬੇ ਨੂੰ ਭੁੱਲ ਕੇ ਪੁੱਛਿਆ। ਬਾਬੇ ਮੱਛਰ ਤਾਂ ਭੋਰਾ ਨਹੀਂ ਹੈਗੇ ਉਰੇ। ਚੱਲ ਚੱਲ, ਇਹ ਗੁਰਦੁਆਰਾ ਸੀਗਾ ਜੀ ਜਿੱਥੇ ਅਸੀਂ ਰਾਤ ਸੋਏ ਸੀਗੇ, ਅਤੇ ਆਹ ਆਪਣੇ ਬੰਦੇ ਨੇ ਗੇ, ਅਤੇ ਤਿਆਰੀਆਂ ਆਪਾਂ ਨੂੰ ਬੰਦਾ ਆਟੋ ਵਾਲਾ ਮਿਲ ਗਿਆ ਸੀਗਾ, ਅਤੇ ਇਹਦੇ ਵਿੱਚ ਆਟੋ 'ਚ ਹੁਣ ਆਪਾਂ ਜਾਵਾਂਗੇ। ਹਾਂ ਜੀ ਹਾਂ, ਚਲੋ ਚਲੋ, ਹਾਂ ਬੋਲ ਹੁਣ ਰਾਈਡ। ਗੋਡਾ ਪਰੇ ਕਰਦਾ ਹਾਂ, ਹੁਣ ਦੱਸ ਕਹਿ ਰਹੇਗਾ ਕਹਿੰਦਾ ਬਲੌਗ ਬਣਾ ਉਸਤਾਦ, ਹੁਣ ਬੋਲ ਕਹਿ ਰਿਹਾ ਸੀਗਾ ਕਹਿੰਦਾ ਬਲੌਗ ਬਣਾ ਬਣਾ ਬਣਾਉਣ ਲੱਗ ਹੁਣ ਸਪਰਾਈਟ ਚੱਕ ਰਿਹਾ ਆ। ਆਪਾਂ ਵੀਰੇ ਸਟੇਸ਼ਨ ਤੇ ਪਹੁੰਚ ਗਏ ਸੀਗੇ, ਤੇ ਮੈਂ ਵੀਡੀਓ ਬਣਾ ਰਿਹਾ ਸੀਗਾ, ਨਾਲੇ ਤੁਹਾਨੂੰ ਪਤਾ ਹੀ ਹੈਗਾ ਤੇ ਉਰੇ ਦਾ ਸਟੇਸ਼ਨ ਹੈਗਾ ਸੂਰਤਗੜ੍ਹ ਦਾ, ਸਟੇਸ਼ਨ ਬੜਾ ਘੈਂਟ ਹੈਗਾ। ਟ੍ਰੇਨ ਆਉਣੀ ਹੈਗੀ, ਬਾਕੀ ਜ਼ਿਆਦਾ ਆ ਗਈ ਆਪਾਂ ਉਦੋਂ ਦੇਖ ਦਿਖਾਉਣਾ ਤੁਹਾਨੂੰ। ਇਹ ਸਾਡਾ ਉਰੇ ਦਾ ਹੋ ਐਸ ਬਣਦਾ, ਉਰੇ ਆ ਕੇ ਟ੍ਰੇਨ ਰੁਕੇਗੀ ਅਤੇ ਅਸੀਂ ਉਰੋਂ ਚੜਾਂਗੇ ਟ੍ਰੇਨ ਦੇ ਉੱਤੇ। ਐਸ ਬਣਦਾ ਦੇਖੋ, ਆ ਰਿਹਾ ਨਾ ਲਿਖ ਕੇ ਲਿਆ ਵੀਰੇ ਚਾਹ। ਧੰਨਵਾਦ ਤੇਰਾ ਚਾਹ ਦਾ, ਜੱਦੇ ਵਿਹਲੇ ਬੈਠੇ ਸੀਗੇ, ਜੱਦੇ ਨੇ ਚਾਹ ਨਹੀਂ ਪੁੱਛੀ ਸੀਗੀ, ਜਦ ਹੁਣ ਟ੍ਰੇਨ ਆ ਗਈ ਉਦੋਂ ਚਾਹ ਪੁੱਛਣ ਲੱਗ ਗਏ। ਲੈ ਵੀਰੇ ਚਾਹ, ਹੁਣ ਚਾਹ ਪੀਏ ਕਿ ਟ੍ਰੇਨ 'ਚ ਬੈਠੀ ਹੈ ਪਹਿਲਾਂ ਦੱਸੋ ਹੈ? ਹਾਂ ਤੁਸੀਂ ਬੋਲੋ ਜੀ, ਤੁਸੀਂ ਬੋਲ ਰਹੇ ਸੀ ਕੁਛ ਨਹੀਂ ਵੀਰੇ, ਸਾਹਮਣੇ ਦੇਖ ਲਓ ਆ ਰਹੀ ਗਿਆ ਬੰਦੇ ਚੜ ਰਹੇ ਨੇ। ਮੈਨੇ ਵੀਰੇ ਇੱਕ ਸਟੈਂਡ ਵਾਲਾ ਬੈਗ ਚੱਕਿਆ, ਬਸ ਹੋਰ ਨੀ ਕੁਛ ਵੀ ਚੱਕਿਆ। ਠੀਕ ਹੈ ਉਸਤਾਦ, ਟ੍ਰੇਨ ਦੇ ਅੰਦਰ ਬੈਠ ਰਹੇ ਆ ਵੀਰੇ। ਹਾਂਜੀ ਚਲੋ ਬਾਈ, ਬੈਠੋ ਸੀਟਾਂ ਤੇ ਆਪਣੀ ਆਪਣੀਆਂ ਤੇ।
ये बंदूकें कहाँ से लाए हो? हम घर से लेकर ही तब चलते हैं भाई। चाह फाड़े है मेरी, चल भाई ने चाह फाड़ लिया अपनी। ते आ भी रख दे फिर ऊपर स्टैंड मेरा। हाँ स्टैंड नहीं, मैं तो फिर नीचे बैठूंगा। उस्ताद स्टैंड रख ऊपर इन्होंने तो चाह पी ली, मेनू कहना चाह नहीं पीती। देखो मैंने चाह पीना, मैं फिर 10 रुपए लाए ने, मैं स्वाद ले लैके पी मैं। दाल आला बाई आ गया सी, बाई कहना तेरे पैग आला समान आ गया। आया तो दाल आला समान, खान पीन आला कहना पैग आला समान आ गया। पता चाहे उधर जाओ। ਵੀਰੇ ਅਸੀਂ ਪਹੁੰਚ ਗਏ ਤੇ ਹਾਂਜੀ ਵੀਰੇ ਪਹੁੰਚ ਗਏ। ਕਿੱਥੇ ਪਹੁੰਚ ਗਏ ਆਪਾਂ? ਆਪਾਂ ਪਹੁੰਚ ਗਏ ਬਠਿੰਡੇ। ਬਠਿੰਡੇ ਪਹੁੰਚ ਗਏ ਉਸ ਤਾਂ ਹਾਂਜੀ, ਇਹ ਬੰਦਾ ਆਪਣਾ ਮੇਨ ਬੰਦਾ ਤਾਂ ਹਾਂਜੀ ਪਹੁੰਚ ਗਏ। ਕਿੱਥੇ ਪਹੁੰਚ ਗਏ? ਬਠਿੰਡੇ ਪਹੁੰਚ ਗਏ ਵੀਰੇ ਟਾਈਮ ਹੋ ਗਿਆ 6:05। ਵੈਸੇ 6 ਵਜੇ ਦਾ ਦਿੱਤਾ ਹੋਇਆ ਸੀਗਾ ਵੀ 6 ਵਜੇ ਪਹੁੰਚ ਜਾਏਗਾ, 5 ਮਿੰਟ ਲੇਟ ਪਹੁੰਚਿਆ। ਕਿਉਂ ਪਹੁੰਚਿਆ ਵੀਰੇ 5 ਮਿੰਟ ਲੇਟ? ਪਤਾ ਨਹੀਂ ਯਾਰ, ਪਿੱਛੇ ਪੰਚਰ ਹੋ ਗਿਆ ਸੀਗਾ ਤੇ 5 ਮਿੰਟ ਲੇਟ ਕਿਉਂ ਪਹੁੰਚੀ ਹੈਗੀ ਗੱਡੀ? ਚੱਲ ਮੈਂ ਇੱਥੇ ਪਾਉਂ ਯਾਰ ਉਸਤਾਦ, ਪਹਿਲਾਂ ਮੰਗੂ ਨਾ ਮੈਨੂੰ ਕਹਿੰਦਾ ਨਾ ਨਾ, ਕਹਿੰਦਾ ਮੈਂ ਚੱਕ ਲੈਂਦਾ, ਕਹਿੰਦਾ ਟੈਨਸ਼ਨ ਲੈ ਲੈ। ਮੈਂ ਕਿਹਾ ਨਹੀਂ, ਮੈਂ ਕਿਹਾ ਤੈਨੂੰ ਚੱਕਣਾ ਪੂਗਾ ਛੋਟਾ, ਮੈਂ ਚੱਕਦਾ। ਮੈਂ ਕਹਿੰਦਾ ਅੱਛਾ, ਕਹਿੰਦਾ ਮੈਂ ਵੀ ਕਰਾਂ ਤੇ ਤੂੰ ਮਹਾਂ ਕਿਤੇ ਇੰਨਾ ਦਿਆਲੂ ਹੋ ਗਿਆ ਵੀ ਤੂੰ ਹੀ ਚੱਕਣਾ ਪਊਗਾ, ਤੈਨੂੰ ਹੀ ਚੱਕਣਾ ਪਊਗਾ। ਬਾਕੀ ਉਹਦਾ ਹਨੇਰਾ ਹੋ ਗਿਆ 6:00 ਹਨਾ। ਚੁੱਪ ਕਰ ਚੁੱਪ ਕਰ। ਹਾਂਜੀ ਵੀਰੇ ਤੁਸੀਂ ਬੈਠ ਜਾਓ ਰੇ, ਬੈਠ ਬੈਠ, ਪਹਿਲਾਂ ਵੀਡੀਓ ਬਣਾ ਲਈਏ। ਹਾਂ ਜੀ ਮੂੰਹ ਦਿਖਾਓ, ਇੱਧਰ ਨੂੰ ਆਓ, ਇਹ ਨਹੀਂ ਦਿਖਾਉਂਦੇ। ਹਾਂਜੀ ਸਾਂ ਤਾਂ ਨਹੀਂ ਚੜਿਆ, ਸਾਂ ਤਾਂ ਨਹੀਂ ਚੜਿਆ, ਬੋਲੀ ਹੀ ਨਹੀਂ ਜਾ ਰਿਹਾ। ਮੈਂ ਸਾਂ ਤਾਂ ਨਹੀਂ ਚੜਿਆ, ਕਹਿੰਦਾ ਬੋਲਿਆ ਨਹੀਂ ਜਾ ਰਿਹਾ, ਕਹਿੰਦਾ ਸਾਂ ਤਾਂ ਦੂਰ ਦੀ ਗੱਲ ਆ। ਚੱਕਣਾ ਸਾਨੂੰ ਪੈ ਗਿਆ, ਦੋ ਸਟੈਂਡ ਡਰਾਵਲ ਚੱਕਣੇ ਪੈ ਗਏ।
तू की कहना चाहेगा स्टैंड वाले बारे? हूं मालिक बैठा ना मेरे ताने आला बोल रहा इज्जत है बंदा पक्का है मैं देख लीए कल तो मेरे नाल है ना हाँ जी उधर ओही ला बई इधर असि बैठेंगे तो ही गोली गोली चला दे और ना ना भरावा गोली ना चला पतला ही नहीं है बरे असि ना वैसे ट्रेन रुक गई सी माड़ी जी असि ना बाहर आ गए भैन चो एडा वा स्टेशन देखने दे देखो भैन चो कनेडा केड़ा हरियाणा हरियाणा स्टेशन आ बरे ये देखो कनेडा ही है साडे वास्ते हरियाणा कनेडा ते हरियाणा कुछ केड़ा है कुटेशन ने कह गया ते अपने भाई भी आ गए देखो अपनी आवाज सुन के बाहर कहते किथे की हो गया कहते ते बरे लाइव होए पे आ देखो असि ना फेसबुक ते बलॉगिंग बलॉगिंग करते हैं सानू सबसक्राइब कर लो अंकी शर्मा फिल्म से ठीक हो सारा कंटेंट मिलूगा कल का सारी टीम आ गई बाहर सारी सारी मेरी मेरी आवाज सुन के सारी सारी टीम बाहर आ गई हरियाणा मेन बंदा किथे अपना आ बंदा लेके आया बरे मेनू बाहर मैं नहीं आया सीगा आपां उधर दी जावांगे हुण ठीक आ हां जी मुंह तो ला सी उरे टूटी हां जी बरे एक वीडियो बाकी बना दी ट्रेन रुकी है पिछे जा तू बे तुरी तुरी पहुंच गए चाह आ गई चाह दी वीडियो बना जो हां बे चाय लेनी है चाय लो जी 10 रुपए कप है जी कर दे दो उपर ना डोल दी उधर मेरी दे दो जी ले आओ आ वाली दे दो धन्यवाद साहब आपका ओए ओए कम से ठीक है जी ठीक है ਵੀ ਖਰਚਾ ਕਰ ਦੂੰਗਾ ਲੈ ਰੇ ਵਾਜਣ ਲੱਗ ਚੁਰ ਦੋ ਹਾਂ ਮੇਰੇ ਮੂੰਹ ਚ ਪਈ ਡਾਰਲਿੰਗ ਮੂੰਹ ਚ ਪਾ ਮੇਰੇ ਮੂੰਹ ਚ ਪਾ ਦੇ ਮੂੰਹ ਪਏ ਹੋ ਗਏ ਉਹ ਡਾਰਲਿੰਗ ਦੇਖ ਮੂੰਹ ਆਪਦਾ ਆਪ ਖਾਣ ਲੱਗਾ ਵੀਡੀਓ ਬਣ ਰਿਹਾ ਬਲੌਗ ਬਣ ਰਿਹਾ ਭਾਈ ਓਏ ਆ ਤੂੰ ਦੇਖ ਮੇਰੇ ਮੇਰਾ ਭਾਈ ਇੰਨਾ 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 ਭਾਈ ਹੈ ਭਾਈ ਵੇ ਚਾਲ ਵੇ ਚਾਲ ਵੇ ਨਹੀਂ ਨਹੀਂ ਅੰਕਲ ਦਿਖਾ ਦੇ ਚਾਲ ले ला एक यार
ਸਟੈਂਡ ਫੜੋ ਜੀ ਆਪਣੇ ਆਪਣੇ ਅਸੀਂ ਤਾਂ ਆਪਦਾ ਜਾਈਏ ਉਧਰ ਨੂੰ ਹਾਂ ਬਿੱਲਿਆ ਮੋਬਾਈਲ ਨੀ ਕੱਢਿਆ ਹੈਗਾ ਆਪਣਾ ਵੀ ਮੈਂ ਕਿਉਂ ਮੰਗ ਗਏ ਹਨਾ ਚੁੱਪ ਕਰਕੇ ਬੈਠ ਗਏ ਉਦੋਂ ਤਾਂ ਨਹੀਂ ਨਹੀਂ ਗਲਤ ਗਲਤਾਂ ਥੋੜੀ ਆ ਗਈ ਦੇਖੋ ਸੀਨੀਅਰ ਬੰਦੇ ਸੀਗੇ ਤੁਸੀਂ ਉੱਥੇ ਬੋਲੇ ਕਿਉਂ ਨਹੀਂ ਹੈਗੇ ਵੀ ਹਾਂ ਵੀ ਜਾਂ ਸਾਡਾ ਕੋਈ ਵੀ ਜਦ ਅਸੀਂ ਕੋਈ ਗੱਲ ਕਰੀਏ ਨਹੀਂ ਹੈਗੀ ਵੀ ਅਸੀਂ ਕੀ ਕੀ ਗਲਤੀ ਹੈ ਸਾਡੀ ਤੁਹਾਡਾ ਬੋਲਣ ਦਾ ਹੱਕ ਸੀਗਾ ਤੁਸੀਂ ਤਾਂ ਨੀਵੀਂ ਪਾ ਕੇ ਬਹਿ ਗਏ ਤਾਂ ਹੀ ਫਿਰ ਉੱਥੇ ਨੀਵੀਂ ਪਾ ਕੇ ਬੈਠ ਗਏ ਨਾ ਜੀ ਤੁਸੀਂ ਵੀਰੇ ਟਾਈਮ ਸੰਭਾਲਣਾ ਪੈਂਦਾ ਨਹੀਂ ਫਿਰ ਤੁਸੀਂ ਤੇ ਮੈਨੂੰ ਨੀ ਨਾ ਇਹ ਗੱਲ ਕਹਿ ਸਕਦੇ ਨਾ ਜਿਹੜੀ ਵੀਰਾ ਕਹਿ ਰਹੇ ਹਾਂ ਨਾ ਫਿਰ ਪੰਗਾ ਤਾਂ ਇਹੀ ਸੀਗਾ ਮੈਂ ਵੀ ਤਾਂ ਇਹੀ ਵੀਡੀਓ ਨੀ ਬਣਾਈ ਜੀ ਅਗਲਾ ਕਹੂਗਾ ਤੂੰ ਕਿਤੋਂ ਪੁੱਛ ਕੇ ਵੀਡੀਓ ਬਣਾ ਰਿਹਾ ਕਿਉਂ ਬਣਾ ਰਹੇ ਇਹੀ ਗੱਲ ਹੋ ਜਾਂਦੀ ਹੈ ਨਾ ਚਲੋ ਆਪਣਾ ਤਾਂ ਉਧਰ ਹੈ ਠੀਕ ਹੈ ਵੀਰ ਜੀ ਸਾਰਿਆਂ ਨੂੰ ਓਕੇ ਓਕੇ ਵੀਰ ਜੀ ਚਲੋ ਠੀਕ ਹੈ ਬਣੀ ਬਾਜੀ ਉਸਤਾਦ ਚੱਲ ਠੀਕ ਆ ਬਾਏ ਕਰਦੇ ਚਲੋ ਚੱਲੀਏ ਉਸਤਾਦ ਜੀ ਆਪਾਂ ਤੇ ਆ ਬਿੱਲਾ ਭਾਜੀ ਆ ਗਿਆ ਆਪਣੇ ਚੱਲ ਚੰਗਾ ਬਿੱਲਿਆ ਕੰਮ ਵੈਸੇ ਸਾਲਾ ਔਖਾ ਹੀ ਆ ਕਰਨਾ ਹੀ ਪੈਣਾ ਕੰਮ ਸਾਲਾ ਔਖਾ ਹੀ ਆ ਵੈਸੇ ਕਰਨਾ ਪੈਣਾ ਪਤਾ ਨਾ ਚੱਲਿਆ ਘਰੇ ਯਾਰ ਠੰਡੇ ਰਹਿ ਗਿਆ ਤੇਰੇ ਸਿਰ ਨਾਲ ਗੱਲ ਕਰਦਾ ਨਾ ਨਹੀਂ ਤੁਹਾਡੇ ਤੋਂ ਸਿਆਣਾ ਬੰਦਾ ਕਿਹੜਾ ਤੇਰੇ ਤੁਹਾਡੇ ਤੋਂ ਸਿਆਣਾ ਬੰਦਾ ਉਹ ਸੀ ਗਈ ਸਿਆਣਾ ਬੰਦਾ ਚਲੋ ਠੀਕ ਆ ਵੀਰੇ ਧਿਆਨ ਨਾਲ ਠੀਕ ਆ ਓਏ ਬਿੱਲੇ ਆ ਰੱਖ ਯਾਰ ਆ ਪਰਚੀ ਪਾ ਚਲੋ ਆਪਾਂ ਇਧਰ ਨੂੰ ਚੱਲਦੇ ਆਪਾਂ ਤੁਰ ਕੇ ਆਪਣੀ ਤੇ ਸਾਡਾ ਵੀਰੇ ਅਸੀਂ ਜਿੱਥੋਂ ਤੁਰੇ ਸੀਗੇ ਉੱਥੇ ਅਸੀਂ ਪਹੁੰਚ ਗਏ ਤੇ ਸਾਡਾ ਬਲੌਗ ਇੱਥੇ ਤੱਕ ਹੀ ਸੀਗਾ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਬਲੌਗ ਦੇਖਣ ਦੇ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਨਹੀਂ ਕਰਿਆ ਹੈਗਾ ਜਿਨ੍ਹਾਂ ਨੇ ਕਰਿਆ ਹੋਇਆ ਹੈਗਾ ਤੇ ਉਹ ਸ਼ੇਅਰ ਕਰ ਦਿਆ ਕਰੋ।